सर जी को ही दिया। सर जी रोड़े आना ही है, की करा मेरे को सारा नहीं कहता ही है, सारा तो कोई आया नहीं मेरा। दो बेटे ही, दो बेटे भी पूरे हो गए 2007 च, एक दो ताई एक दो ती पूरी, वो भी पूरे हो गया सी, दो मियां भी पिया गया सर। जड़ी माड़ी मोटी छत ही वो तो भी गई जी, वो परले कमरे में तेड़ा पै गया जी। दो कुड़ियां आईयां हैं बरनाले दियां, वो राशन पानी दे के गईयां ना सानू बेचारियां, ले सी किश्तां ते ले सी सर जी, वो भी सारा समान ही रड़ गया, कोई कपड़ा नहीं बचा, कोई कुछ नहीं बचा। सर जी की करांगी मैं, कितों बनावांगी। ਉਹੀ ਰਾਤ ਨੂੰ ਰੋਟੀ ਖਵਾਉਂਦਾ, ਸਵੇਰੇ ਚਾਹ ਪੀ ਕੇ ਫਿਰ ਅਸੀਂ ਘਰੇ ਆਪਣੇ ਆ ਜਾਂਦੇ ਜੀ। ਲਗਾਤਾਰ ਆਈ ਕੁਦਰਤੀ ਆਫਤ ਤੋਂ ਬਾਅਦ ਕਈ ਕਿਸਾਨਾਂ ਦੀਆਂ ਏਕੜ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ, ਕਈ ਘਰਾਂ ਦੇ ਘਰ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਅਸੀਂ ਪਟਿਆਲਾ ਵਿਖੇ ਮੌਜੂਦ ਹਾਂ, ਹੜ੍ਹ ਤੋਂ ਬਾਅਦ ਜਿਹੜੀ ਕੀ ਸਥਿਤੀ ਹੈ। ਅਸੀਂ ਅੱਜ ਹੀਰਾ ਬਾਗ ਵਿਖੇ ਪਹੁੰਚੇ ਹਾਂ, ਤੁਹਾਨੂੰ ਇੱਕ ਘਰ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਕਿ ਮੀਆਂ ਬੀਬੀ ਜਿਹੜੇ ਬਜ਼ੁਰਗ ਨੇ ਉਹ ਰਹਿੰਦੇ ਨੇ, ਜਿਨ੍ਹਾਂ ਦੇ ਘਰ ਦੀ ਜਿਹੜੀ ਛੱਤ ਹੈ ਉਹ ਵੀ ਜਿਹੜੀ ਹੈ ਉਹ ਡਿੱਗ ਚੁੱਕੀ ਹੈ। ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਕਿ ਘਰ ਦਾ ਜਿਹੜਾ ਸਮਾਨ ਆ ਉਹ ਬਿਲਕੁਲ ਬਾਹਰ ਪਿਆ, ਕਿਉਂਕਿ ਇਹ ਕੁਦਰਤੀ ਆਫਤ ਨੇ ਸਾਰੇ ਜਿਹੜਾ ਘਰ ਦਾ ਘਰ ਜਿਹੜੇ ਨੇ ਉਹ ਬਰਬਾਦ ਕਰ ਚੁੱਕੇ ਨੇ। ਪਰ ਘਰ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਜਮ੍ਹਾਂ ਹੋਇਆ ਹੋਇਆ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਹੈ ਉਹ ਦਿਖਾਈ ਜਾਵੇ, ਜਿਹੜਾ ਘਰ ਦੇ ਵਿੱਚ ਸਮਾਨ ਹੈ ਉਹ ਵੀ ਜਿਹੜਾ ਉਹ ਹੁਣ ਪਾਣੀ ਦੇ ਨਾਲ ਭਰ ਚੁੱਕਾ ਹੈ। ਛੱਤਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਘਰ ਦੇ ਵਿੱਚੋਂ ਸਮਾਨ ਜਿਹੜੇ ਨੇ ਉਹ ਕੱਢਣ ਵਾਸਤੇ ਲੱਗੇ ਹੋਏ ਨੇ। ਤੁਸੀਂ ਤਸਵੀਰ ਦੇਖਦੇ ਹੋ ਘਰ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ। ਪਰਿਵਾਰ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਵੇ। ਅਤੇ ਘਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ, ਘਰ ਦੀ ਜਿਹੜੀ ਛੱਤ ਹੈ ਉਹ ਵੀ ਡਿੱਗ ਚੁੱਕੀ ਹੈ, ਅਤੇ ਦੂਜੇ ਪਾਸੇ ਦੂਜੀ ਜਿਹੜਾ ਕਮਰਾ ਉਹ ਵੀ ਡਿੱਗਣ ਦੇ ਕਿਨਾਰੇ ਦੇ ਉੱਪਰ ਆਇਆ ਹੋਇਆ, ਅਤੇ ਅਜੇ ਤੱਕ ਜਿਹੜਾ ਕੋਈ ਵੀ ਜਿਹੜਾ ਅਧਿਕਾਰੀ ਸਾਹਿਬਾਨ ਜਿਹੜੇ ਨੇ ਇੱਥੇ ਨਹੀਂ ਪਹੁੰਚੇ। ਸੋ ਅਸੀਂ ਗੱਲਬਾਤ ਵੀ ਕਰਾਂਗੇ, ਮਾਤਾ ਜੀ ਇਹ ਕਿਵੇਂ ਹੋਇਆ, ਕੱਚਾ ਸੀ ਕੀ ਹੋਇਆ? ਕੁਛ ਨਹੀਂ ਜੀ, ਇੱਦਾਂ ਹੀ ਸੀ ਸਰ ਜੀ, ਇਹਨੇ ਦਾ ਪਾਣੀ ਹੋ ਗਿਆ। ਦੋ ਬੇਟੇ ਹੀ, ਦੋ ਬੇਟੇ ਵੀ ਪੂਰੇ ਹੋ ਗਏ 2007 ਚ, ਇੱਕ ਦੋ ਤਾਈ ਇੱਕ ਦੋ ਤੀ ਪੂਰੀ, ਉਹ ਵੀ ਪੂਰੇ ਹੋ ਗਿਆ ਸੀ, ਦੋਏ ਮੀਆਂ ਵੀ ਪਿਆ ਗਿਆ ਸਰ, ਕੋਈ ਵੀ ਨਹੀਂ ਉੱਥੇ ਆਇਆ, ਇਕੱਲਾ ਕਿਸੇ ਨੇ ਸਾਡੀ ਸਾਰ ਲਈ। ਮਕਾਨੇ ਹੁਣ ਗਿਰਿਆ ਜਦੋਂ? ਹਾਂਜੀ ਹੁਣ ਪਾਣੀ ਨਾਲ ਹੋ ਗਿਆ ਜੀ ਸਰ ਜੀ, ਸਾਰੀਆਂ ਤੇੜਾਂ ਪੈ ਗਈਆਂ ਅੰਦਰ। ਅਸੀਂ ਕਿਹਦੇ ਘਰ ਜਾ ਕੇ ਸੌ ਰਹੇ ਹਾਂ ਸਰ ਜੀ, ਬਹੁਤ ਬੁਰਾ ਹਾਲ ਹੋਇਆ ਪਿਆ। ਦੇਖੋ ਸਮਾਨ ਤੁਹਾਡੇ ਅੱਗੇ ਹੀ ਹੈ ਸਾਰਾ ਕੁਛ, ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਆਇਆ? ਕੋਈ ਨਹੀਂ ਆਇਆ ਜੀ, ਇੱਥੋਂ ਕੋਈ ਨਹੀਂ ਆਇਆ ਇੱਥੇ ਪੰਜਾਬ 'ਚੋਂ। ਦੋ ਕੁੜੀਆਂ ਆਈਆਂ ਸੀ ਬਰਨਾਲੇ ਦੀਆਂ, ਉਹ ਰਾਸ਼ਨ ਪਾਣੀ ਦੇ ਕੇ ਗਈਆਂ ਨਾ ਸਾਨੂੰ ਵਿਚਾਰੀਆਂ, ਉਹ ਕਹਿੰਦੀਆਂ ਬਾਪੂ ਜੀ ਤੁਸੀਂ ਰੋਵੋ ਨਾ, ਤਾਂ ਅਸੀਂ ਤੁਹਾਡੇ ਪੁੱਤ ਆ। ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਅਸੀਂ ਦੋਵੇਂ ਜੀ ਰਹਿ ਗਏ ਹਾਂ ਸਰ ਜੀ। ਅੱਛਾ, ਹਾਂਜੀ। ਕੋਈ ਵੀ ਨਹੀਂ ਆਇਆ ਕੋਈ ਹੈਲਪ ਕਰਨ ਮਦਦ? ਕੋਈ ਹੈਲਪ ਵਾਸਤੇ ਕੋਈ ਨਹੀਂ ਸਰ ਜੀ ਆਇਆ ਹੈਗਾ। ਜਿਸ ਤਰ੍ਹਾਂ ਹੁਣ ਦੂਜਾ ਕਮਰਾ ਵੀ ਤੁਹਾਡਾ ਡਿੱਗਣ ਦੇ ਕਿਨਾਰੇ ਤੇ, ਡਰ ਵੀ ਲੱਗਦਾ ਹੋਊ ਅੰਦਰ ਨੂੰ ਬੈਠ ਦੇ ਤਾਂ ਪੈਂਦਾ ਹੀ ਨਹੀਂ ਸਰ ਜੀ, ਅੰਦਰ ਆ ਕੇ ਦੇਖੋ ਕੀ ਹਾਲ ਹੋਇਆ ਪਿਆ ਹੈ, ਸਾਰਾ ਸਭ ਕੁਛ ਹੀ ਸਾਰਾ ਦੇਖੋ ਆ ਕੇ ਅੰਦਰ। ਸਰ ਤਸਵੀਰ ਤੁਸੀਂ ਦੇਖ ਸਕਦੇ ਹੋ, ਜਿਹੜਾ ਘਰ ਦੀਆਂ ਛੱਤਾਂ ਨੇ ਉਹ ਵੀ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ। ਸਭ ਬਜ਼ੁਰਗ ਜਿਹੜੇ ਨੇ ਉਹ ਮੀਆਂ ਬੀਬੀ ਯਾਨੀ ਕਿ ਰਹਿ ਚੁੱਕੇ ਨੇ, ਕਿਉਂਕਿ ਹਾਲਾਤ ਇਸ ਕਦਰ ਹੋ ਚੁੱਕੇ ਨੇ, ਕਿਉਂਕਿ ਜਿਹੜਾ ਹੀ ਕੁਦਰਤ ਜਿਹੜੀ ਆਫਤ ਆਈ ਹੈ, ਜਿਸ ਤੋਂ ਬਾਅਦ ਜਿਹੜੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਕੋਈ ਨਹੀਂ ਵੜਿਆ ਆ ਕੇ ਸਰ ਜੀ ਇੱਥੇ ਕੋਈ ਵੀ? ਹਾਂਜੀ, ਉਹ ਕੁੜੀਆਂ ਤਾਂ ਜ਼ਰੂਰ ਮਦਦ ਕੀਤੀ, ਉਹਦੀ ਅਸੀਂ ਸੌਂ ਨਹੀਂ ਦਿੰਦੇ ਸਰ ਜੀ, ਉਹਨਾਂ ਨੇ ਜ਼ਰੂਰ ਕੀਤਾ ਜਿੰਨਾ ਕੁ ਰਾਸ਼ਨ ਪਾਣੀ ਸਾਨੂੰ ਦੇ ਕੇ ਗਈਆਂ ਨੇ ਵਿਚਾਰੀਆਂ। ਹਾਂਜੀ, ਘਰ ਦੇ ਹਾਲਾਤ ਦੇਖਦੇ ਰੋਣਾ ਆਉਂਦਾ, ਕਿਉਂਕਿ ਸਾਰੇ ਛੱਤ ਗਿਰ ਚੁ ਸਰ ਜੀ, ਮੈਂ ਕਿੱਥੇ ਜਾਵਾਂਗੀ, ਮੇਰਾ ਕੌਣ ਕਰਨਾ ਸਰ ਜੀ? ਕੋਈ ਨਹੀਂ, ਆ ਦੇਖੋ ਬੇਟਿਆਂ ਦੀਆਂ ਫੋਟੋਆਂ, ਆ ਦੇਖੋ ਬੇਟਿਆਂ ਦੇ ਟੋਰੇ ਨੂੰ ਮੈਂ ਸਰ ਜੀ, ਮੇਰਾ ਕੋਈ ਨਹੀਂ ਹੈਗਾ। ਪਹਾੜੀ ਚ ਮੈਂ ਨਿਕਲੀ ਬਾਹਰ, ਫਿਰ ਭੱਜ ਕੇ ਨਿਕਲ ਕੇ ਫਿਰ ਅਸੀਂ ਨਾ ਰਾਜਪੁਰੇ ਚਲੇ ਗਏ, ਰਾਜਪੁਰੇ ਮੇਰੀ ਗੁੱਡੀ ਰਹਿੰਦੀ ਹੈ, ਉੱਥੇ ਚਲੀ ਗਈ ਸੀ ਮੈਂ, ਪਰਸੋਂ ਆਈ ਹਾਂ ਮੈਂ ਉੱਥੋਂ, ਪਰਸੋਂ ਦੀ ਆ ਕੇ ਆ ਲੱਗੇ ਆ ਕਰਨ, ਇਹ ਜਵਾਈ ਹੈ ਨਾਲ। ਹਾਂਜੀ, ਕਿਸੇ ਨੇ ਮਦਦ ਸਰ ਕਿਸੇ ਨੇ ਨਹੀਂ ਕੀਤੀ ਹੈਗੀ। ਅਸੀਂ ਗਏ ਸੀ ਜੀ ਪਿਲਸਨ ਲੈਣ, ਬੜੇ ਪਾ ਪਿਲਸਨ ਸਾਡੇ ਲੱਗੇ, ਅਸੀਂ ਉਹ ਲੈਣ ਗਏ ਸੀ, ਮੈਂ ਕਿਹਾ ਚਲ ਬਾਰਿਸ਼ ਆ ਰਹੀ, ਸਾਡੇ ਕੋਲ ਪੈਸਾ ਨਹੀਂ ਹੈਗਾ ਜੀ,
ਤੇ ਅਸੀਂ ਵੀ ਰਾਸ਼ਨ ਰੂਸ਼ਨ ਪਵਾ ਲੈਂਦੇ ਹਾਂ ਜੀ। ਜਦ ਅਸੀਂ ਪਿਲਸਨ ਲੈ ਕੇ ਆਏ ਅੰਦਰ ਇਹਨਾਂ ਨਾਲ ਪਾਣੀ ਜੀ, ਬੈੱਡ ਉਤਾਰ ਰਹੇ, ਬੈੱਡ ਬੁੱਡ ਪੇਟੀ ਸਾਰੀ ਸਾਰਾ ਕੁਝ ਉਤਾਰ ਰਿਹਾ ਜੀ ਸਾਡਾ। ਫਿਰ ਅਸੀਂ ਆ ਕੇ ਦੇਖਿਆ ਇਹਨਾਂ ਨਾਲ ਪਾਣੀ ਸਾਰਾ ਸਮਾਨ ਉਤਾਰ ਰਿਹਾ। ਫਿਰ ਕੁੜੀ ਨੇ ਤਾਂ ਪ੍ਰਾਹੁਣੇ ਫੋਨ ਕਰਿਆ, ਕਹਿੰਦੇ ਤੁਹਾਡੇ ਪਾਣੀ ਆ ਗਿਆ। ਮੈਂ ਹਾਂ, ਮੈਂ ਹੀ ਜਾ ਦੇਖੋ ਕੰਧਾਂ ਟੁੱਟ ਗਿਆ। ਫਿਰ ਇਹ ਕਹਿੰਦੇ ਤੁਸੀਂ ਅੰਦਰ ਨਾ ਸੋਇਓ ਜੀ, ਅਸੀਂ ਫਿਰ ਉੱਥੇ ਚਲੇ। ਸੌਂਦੇ ਕਿੱਥੇ, ਇਹਨਾਂ ਦਾ ਪਾਣੀ ਜੀ, ਇੱਕ ਵੀ ਕੱਪੜਾ ਨਹੀਂ ਬਚਿਆ। 30 ਕਿਲੋ ਆਟਾ ਪਿਆ, ਇਹ ਜਿਹੜਾ ਆਪਣੇ ਸਰਕਾਰੀ ਕਣਕ ਮਿਲਦੀ ਹੈ ਜੀ, ਉਹ ਪਿਆ। ਉਹ ਸਾਰੇ ਸਾਡੇ ਆਉਂਦੇ ਜਦੋਂ ਅਸੀਂ ਉੱਧਰੋਂ ਆਏ ਜੀ, ਸਾਰਾ ਪਾਣੀ। ਰਿਸ਼ਤੇਦਾਰ ਬੜੇ ਹੁੰਦੇ ਨੇ, ਕੋਈ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਨਹੀਂ ਮਿਲਿਆ, ਕਹਿੰਦੇ ਨੇ ਹਮੇਸ਼ਾ, ਕਹਿੰਦੇ ਨੇ ਰਿਸ਼ਤੇਦਾਰ ਬਾਹ ਫੜਦੇ ਨੇ, ਕੋਈ ਦੋਸਤ ਯਾਰ ਕੋਈ ਕਿਸੇ ਨੇ। ਇੱਕ ਇੱਕ ਮੇਰੇ ਮਾਮੇ ਦਾ ਮੁੰਡਾ ਜੀ, ਰੀਤੇ ਤਾਰੇ ਦੂਰ ਤੋਂ ਮਾਮੇ ਦਾ ਮੁੰਡਾ ਆਪਣੇ ਇੱਥੇ ਰਹਿੰਦਾ, ਆਪਣੇ ਬਾਜਵਾ ਕਲੋਨੀ ਨਾਲ ਹੋ ਰਿਹਾ, ਕੀ ਜੋ ਕਲੋਨੀ ਨਾਮ ਹੈ, ਬਲਵਿੰਦਰ ਸਿੰਘ ਬਿਜਲੀ ਬੋਰਡ 'ਤੇ ਲੱਗਾ, ਉਹ ਰਿਟਾਇਰ ਹੋਇਆ। ਉਹੀ ਸਾਨੂੰ ਰੋਟੀ ਦੇ ਕੇ ਜਾਂਦਾ ਰਹੇ ਰਾਤ ਨੂੰ, ਉਹਦੇ ਘਰ ਹੀ ਸੋਨੇ। ਉਹ ਸਾਨੂੰ ਆਪੇ ਮੋਟਰਸਾਈਕਲ ਦੇ ਵਿਚਾਰਾ ਪਾ ਕੇ ਲੈ ਜਾਂਦਾ, ਉਹੀ ਰਾਤ ਨੂੰ ਰੋਟੀ ਖਵਾਉਂਦਾ, ਸਵੇਰੇ ਚਾਹ ਪੀ ਕੇ ਫਿਰ ਅਸੀਂ ਘਰ ਆਪਣੇ ਆ ਜਾਂਦੇ ਜੀ। ਫਿਰ ਉਹ ਘਰ ਸਾਨੂੰ ਨਾਸ਼ਤਾ ਦੇ ਕੇ ਜਾਂਦਾ, ਫਿਰ ਦੁਪਹਿਰ ਦੀ ਰੋਟੀ ਦੇ ਕੇ ਜਾਂਦਾ ਜੀ, ਸ਼ਾਮ ਨੂੰ ਫਿਰ ਆਪਣੇ ਘਰ ਜਾ ਕੇ ਸੌਂਦਾ ਜੀ। ਉਹ ਕਹਿੰਦਾ ਇੱਥੇ ਵੀਰੇ ਸੋਣਾ ਨਹੀਂ ਹੈਗਾ, ਵੀ ਮਕਾਨ ਗਿਰਨ ਵਾਲਾ, ਵੀ ਕੋਈ ਗੱਲ ਨਹੀਂ, ਜਿੰਨਾ ਚਿਰ ਮੇਰੇ ਘਰ ਸ਼ਾਮ ਨੂੰ ਤੁਸੀਂ ਆ ਜਾ ਕਰੋ ਜੀ। ਬਾਪੂ ਜੀ ਮੈਂ ਤਸਵੀਰਾਂ ਦੇਖ ਦਿਓ ਘਰ ਦੀਆਂ, ਇੰਨੀ ਕਮਾਈ ਕਰਕੇ ਮਕਾਨ ਬਣਾਇਆ ਤੁਸੀਂ, ਰਿਸ਼ਕਾ ਚਲਾ ਕੇ ਅਤੇ ਇਹ ਘਰ ਗਿਰ ਗਿਆ। ਸ਼ੁਕਰ ਹੈ ਮਹਾਰਾਜ ਦਾ, ਆਪਾਂ ਨੂੰ ਅੰਬਲ ਕਿਸੇ ਅੰਬਲ ਅਸੀਂ ਕਿਸੇ ਚੀਜ਼ ਦਾ ਨਹੀਂ ਲਾਇਆ ਜੀ। ਅੱਗੋਂ ਮੇਰੇ ਮੁੰਡੇ ਸੀ, ਉਹ ਵੀ ਕੋਈ ਚੀਜ਼ ਨਹੀਂ ਖਾਂਦੇ। ਇਹ 2007 ਦੇ ਮੇਰੇ ਮੁੰਡੇ ਹੋ ਗਏ ਜੀ, ਪੂਰੇ ਹੋ ਗਏ। ਉਦੋਂ ਵੀ ਪਹਿਲਾਂ ਭੈਣ ਭਨੂ ਜਾਂਦਾ, ਮੁੜ ਕੇ ਜਾਂਦੇ ਪੂਰੇ ਹੋ ਗਏ, ਨਾ ਸਾਲੇ ਨਾ ਭੈਣ ਨਾ ਭਾਈ ਕੋਈ ਨਹੀਂ ਵੜਦਾ ਜੀ, ਪਰ ਮੀਆਂ ਬੀਬੀਆਂ ਜੀ। ਹੁਣ ਮੈਨੂੰ ਸਾਲ ਹੋ ਗਿਆ, ਮੇਰੀ ਆਹ ਸੱਜੀ ਬਾਂਹ ਖੜ ਗਈ ਸੀ ਜੀ, ਅਤੇ ਰਿਟਾਇਰ ਹੋਏ। ਮੈਂ ਰਿਕਸ਼ਾ ਚਲਾਉਣਾ ਫਿਰ ਛੱਡਦਾ ਜੀ, ਘਰ ਦੇ ਕੰਮ 'ਤੇ ਲੱਗੇ ਰੋਟੀ ਬਣਾਉਣ 'ਤੇ। ਹੁਣ ਉਹ ਵੀ ਕੰਮ ਹਟ ਗਿਆ ਜੀ, ਹੁਣ ਕੀ ਕਰੀਏ, ਟਾਈਮ ਤਾਂ ਪਾ ਕਰਦਾ। ਉਹਨਾਂ ਰੱਬ ਨੇ ਆਹ ਕੰਮ ਕਰਤਾ ਜੀ, ਜਿਹੜੀ ਮਾੜੀ ਮੋਟੀ ਛੱਤ ਸੀ ਉਹ ਤੋਂ ਵੀ ਗਏ ਜੀ, ਉਹ ਪਰਲੇ ਕਮਰੇ ਨੂੰ ਤੇੜਾਂ ਪੈ ਗਿਆ ਜੀ। ਉਹਨਾਂ ਦਾ ਆਉਂਦਾ ਹੋਊਗਾ ਵੀ ਹਾਂ ਘਰ ਤਾਂ ਹੀ ਹੈ ਜੀ, ਕੀ ਕਰੀਏ ਹੁਣ। ਉਹ ਕੁੜੀਆਂ ਸੀ ਬਰਨਾਲੇ ਵਾਲੀਆਂ, ਉਹ ਪਈ ਹੈ ਜੀ ਤਰਪਾਲ, ਅਤੇ ਇੱਕ ਤਰਪਾਲ ਦੇ ਗਏ ਜੀ, ਘਰ ਦਾ ਰਾਸ਼ਨ ਦੇ ਗਏ, ਇੱਕ ਉਹ ਦੇ ਕੇ ਮੱਛਰ ਲਾਣੀ ਦੇ ਗਈਆਂ ਵਿਚਾਰੀਆਂ ਜੀ। ਉਹ ਵੀ ਵਿਚਾਰੀਆਂ ਦੇਖ ਕੇ ਮੇਰੀ ਹਾਲਤ, ਉਹ ਵੀ ਵਿਚਾਰੀਆਂ ਰੋਣ ਲੱਗ ਗਿਆ ਜੀ। ਕਿਉਂਕਿ ਹੌਸਲੇ ਨਾਲ ਹੀ ਸਾਰਾ ਕੁਛ ਹੈ, ਕਿਉਂਕਿ ਕੁਦਰਤੀ ਬਾੜ ਆਈ ਹੈ, ਇਹਦੇ ਨਾਲ ਆਪਾਂ ਨਜਿੱਠਣਾ ਕੋਈ ਗੱਲ ਨਹੀਂ। ਚਲੋ ਜੀ, ਜੇ ਤੁਹਾਡੀ ਕੋਈ ਕਿਸੇ ਦੀ ਕਿਰਪਾ ਹੋ ਜਾਏ, ਮੇਰਾ ਸੱਚ ਉੱਤ ਪਾ ਦੇਣ ਜੀ। ਕੀ ਕਹਿਣਾ ਸਰਕਾਰਾਂ ਨੂੰ, ਕੀ ਕਰਿਆ, ਕਿਉਂਕਿ ਜੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਇਆ ਤੁਹਾਡੇ ਕੋਲ, ਕੋਈ ਕਿਸੇ ਨੂੰ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਤੁਸੀਂ ਜਾਓ, ਆਪਾਂ ਫੋਟੋਆਂ ਭੇਜਾਂਗੇ, ਵੀਡੀਓ ਭੇਜਾਂਗੇ, ਸਾਰੀ ਖਬਰ ਭੇਜਾਂਗੇ, ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਜਿਹੜੀ ਮੇਰੀ ਛੱਤ ਹੈ, ਇੱਕ ਕਮਰੇ ਦਾ ਢਾ ਕੇ ਬਣਾਉਣੇ ਪੈਣੇ ਜੀ। ਤੁਹਾਡੇ ਸਾਹਮਣੇ ਕੰਧਾਂ ਤੇੜਾ ਮਾਰ ਗਈਆਂ ਨੇ, ਕੰਧਾਂ ਸਾਹਮਣਾ ਛੱਤ ਸਾਰੀ ਹੈ, ਢਾ ਕੇ ਬਣਾਉਣੀ। ਵੇ ਮੀਆਂ ਬੀਬੀਆਂ ਜੀ, ਸਿਰਫ ਸਾਨੂੰ ਵਡੇਪੇ ਦੀ ਪਿਲਸਨ ਮਿਲਦੀ, ਉਹ ਤਾਂ ਕੋਈ ਕਮਾਈ ਨਹੀਂ ਹੈਗੀ। ਰਿਕਸ਼ਾ ਚਲਾਉਂਦਾ ਰਿਕਸ਼ਾ ਸਾਲ ਹੋ ਗਿਆ, ਮੈਂ ਬਿਮਾਰ ਰਹਿੰਦਾ ਜੀ, ਅਟੈਕ ਹੋ ਗਿਆ ਸੀ। ਅਤੇ ਹੁਣ ਕੀ ਕਰੀਏ ਜੀ, ਚੱਲ ਸਾਡੀ ਮਾੜੀ ਮੋਟੀ ਛੱਤ ਸੀ, ਹੁਣ ਛੱਤ ਵੀ ਰੱਬ ਨੇ ਖੋਲ੍ਹੀ ਜੀ, ਪਰਮਾਤਮਾ ਨੇ ਇਹ ਕੰਮ ਪਾੜਿਆ, ਜੇ ਨਾ ਬੰਦਾ ਤਾਂ ਛੱਤ ਤਾਂ ਆਏ ਸੀ। ਮੀਆਂ ਬੀਬੀ ਪੈ ਜਾਂਦੇ, ਇੱਕ ਕੁੜੀ ਸਾਡੀ ਰਾਜਪੁਰੇ ਰਹਿੰਦੀ ਹੈ, ਕਹਿੰਦੇ ਮਹੀਨੇ 2 ਮਹੀਨੇ ਪਿੱਛੇ ਜਾਂਦੇ, ਚੱਲ 10 ਮਿੰਟ ਸਵੇਰੇ ਜਾਣਾ, ਸਭ ਤੱਕ ਵਾਪਸ ਆ ਜਾਣਾ ਘਰ ਮਿਲ ਕੇ। ਹੁਣ ਫਿਰ ਇਹਨਾਂ ਨੇ ਫੋਨ ਕਰਿਆ ਸੀ, ਹੁਣ ਅੱਜ 4 ਦਿਨ ਹੋ ਗਏ ਨੇ, ਪਰ ਉਹਨਾਂ ਨੂੰ ਨਾਲ ਲਿਆਂਦਾ ਜੀ, ਸਾਰਾ ਕੰਮ ਹੀ ਕਰਾ ਰਿਹਾ, ਕਿਉਂ ਮੇਰੀ ਬਾਂਹ ਪੀੜ ਹੁੰਦੀ ਸੀ। ਇਹੀ ਕਰ ਰਿਹਾ ਵਿਚਾਰਾ, ਕਿਹਨੇ ਕਰਨਾ ਹੈ, ਮੇਰੇ ਕੋਲ ਆਪਣੀ ਸਾਰਾ ਕੰਮ ਹੁੰਦਾ ਸਰ ਜੀ, ਮੈਨੂੰ ਹਾੜ ਦੀ ਸ਼ਿਕਾਇਤ ਹੈ, ਮੈਂ ਕਰ ਨਹੀਂ ਸਕਦੀ ਕੁਛ ਵੀ। ਹੁਣ ਮੈਂ ਕਰਾਂ ਕੀ, ਰੋਟੀ ਦਾ ਕੰਮ ਮਿਲਦਾ ਉੱਧਰ, ਮੈਂ ਮਾੜਾ ਮੋਟਾ ਵਿਆਹਾਂ ਸ਼ਾਦੀਆਂ 'ਚ ਜਿੱਦਾਂ ਆਉਂਦਾ ਹੈ, ਕੋਈ ਜਿਵੇਂ ਮਰਗਤ ਹੋ ਗਈ, ਇੱਦਾਂ ਮੈਂ ਰੋਟੀ ਬਣਾ ਲੈਂਦੀ ਹਾਂ ਸਰ ਜੀ, ਹੋਰ ਕੰਮ ਮੇਰੇ ਕੋਲ ਹੁੰਦਾ ਨਹੀਂ ਕੋਈ ਵੀ। ਤੁਸੀਂ ਸੌ ਕਿੱਥੇ ਰਹੇ ਹੋ ਤੁਸੀਂ? ਅਸੀਂ ਉਹ ਮੇਰੇ ਦਿਓਰ ਦੇ ਘਰ ਸੌਂ ਰਹੇ ਹਾਂ। ਹਾਂਜੀ, ਉਹ ਹੀ ਲੈ ਕੇ ਜਾਂਦਾ, ਉਹਦੇ ਘਰ ਹੀ ਸੌਂ ਰਹੇ ਹਾਂ, ਰਾਤ ਨੂੰ ਅਸੀਂ ਡਰਦੇ, ਇੱਥੇ ਪੈਂਦੇ ਵੀ ਨਹੀਂ। ਸਮਾਨ ਮਾੜਾ ਮੋਟਾ ਜਿਹੜਾ ਹੈ ਤੁਹਾਡੇ ਸਾਹਮਣੇ ਹੀ ਆ ਸਰ ਜੀ, ਕੁਛ ਨਹੀਂ ਬਚਿਆ ਮੇਰੇ ਕੋਲ। ਮੈਂ ਸਾਲ ਹੋਇਆ, ਮੈਂ ਬੈੱਡ ਲਏ ਸੀ ਕਿਸ਼ਤਾਂ 'ਤੇ ਲਏ ਸੀ ਸਰ ਜੀ, ਉਹ ਵੀ ਸਾਰਾ ਸਮਾਨ ਹੀ ਰੜ ਗਿਆ, ਕੋਈ ਕੱਪੜਾ ਨਹੀਂ ਬਚਿਆ, ਕੋਈ ਕੁਛ ਨਹੀਂ ਬਚਿਆ ਸਰ ਜੀ, ਕੀ ਕਰਾਂਗੀ ਮੈਂ, ਕਿੱਥੋਂ ਬਣਾਵਾਂਗੀ ਸਰ ਜੀ? ਰੋਣ ਦੇ ਆਉਣਾ ਹੀ ਹੈ, ਕੀ ਕਰਾਂ, ਮੈਨੂੰ ਕੋਈ ਸਹਾਰਾ ਦੀਆ ਤਾਂ ਹੀ ਹੈ, ਸਹਾਰਾ ਤਾਂ ਕੋਈ ਆਇਆ ਨਹੀਂ ਮੇਰਾ। ਕੁਦਰਤੀ ਆਫ਼ਤ ਦੀ ਗੱਲ ਕੀਤੀ ਹੈ, ਫਿਰ ਤਾਂ ਕੁਦਰਤੀ ਆਫ਼ਤ ਇਸ ਕਦਰ ਜਿਹੜੀ ਹੈ ਪਰਿਵਾਰ 'ਤੇ ਡਿੱਗੀ ਹੈ ਕਿ ਘਰ ਦਾ ਜਿਹੜਾ ਸਾਰਾ ਕੁਝ ਜਿਹੜਾ ਤੈਸ਼ ਨੈਸ਼ ਕਰ ਦਿੱਤਾ ਗਿਆ। ਤਸਵੀਰ ਤੁਹਾਨੂੰ ਦਿਖਾ ਦਈਏ, ਕਿਉਂਕਿ ਅਜੇ ਘਰ ਦੀਆਂ ਤਸਵੀਰਾਂ ਜਿੱਥੇ ਕਿ ਮਕਾਨ ਜਿਹੜਾ ਡਿੱਗ ਚੁੱਕਾ, ਯਾਨੀ ਕਿ ਕੁਛ ਜਿਹੜੇ ਕਮਰੇ ਨੇ ਉਹ ਡਿੱਗਣ ਦੇ ਕਿਨਾਰੇ 'ਤੇ ਪਏ ਨੇ, ਘਰ ਦਾ ਸਮਾਨ ਜਿਹੜਾ ਸਾਰਾ ਖਿੰਡਿਆ ਹੋਇਆ, ਅਤੇ ਕੋਈ ਵੀ ਜਿਹੜਾ ਉਹਨਾਂ ਦਾ ਸਹਾਰਾ ਜਿਹੜਾ ਅਜੇ ਤੱਕ ਨਹੀਂ ਬਣ ਸਕਿਆ।